ਤਾਂ ਜਦੋਂ ਅਸੀਂ ਇਰਾਕ ਦੇ ਬਾਰਡਰ ਤੇ 2014 ਵਿੱਚ ਪਹਿਲੀ ਵਾਰੀ ਪਹੁੰਚੇ ਸੀਗੇ ਉੱਥੇ ਸੀਗੀ ਇੱਕ ਜਿਹੜੇ ਲੋਕਾਂ ਨੂੰ ਕਹਿੰਦੇ ਅਜ਼ੀਦੀ ਕਮਿਊਨਿਟੀ ਆ ਜਿਹੜੇ ਅਜ਼ੀਦੀ ਧਰਮ ਦੇ ਲੋਕ ਉਹ ਹੈਗੇ ਆ 6-7 ਹਜ਼ਾਰ ਸਾਲ ਪੁਰਾਣਾ ਧਰਮ ਆ ਤੇ ਉਹਨਾਂ ਉੱਪਰ ਆਈਸਿਸ ਨੇ ਬਹੁਤ ਕਹਿਰ ਕੀਤਾ ਤੇ ਜਦੋਂ ਅਸੀਂ ਕੈਂਪਾਂ 'ਚ ਗਏ ਉਹ ਕੈਂਪ ਉਸ ਨਵੇਂ ਨਵੇਂ ਬਣ ਰਹੇ ਸੀ ਉਸ ਵੇਲੇ ਕਿਉਂਕਿ ਉਹ ਰਫੂਜੀ ਆ ਰਹੇ ਸੀ ਅਸੀਂ ਬਾਰਡਰ 'ਤੇ ਖੜ੍ਹੇ ਸੀਗੇ ਤਾਂ ਜਦੋਂ ਅਜ਼ੀਦੀਆਂ ਦੇ ਜਿਹੜੇ ਉਹਨਾਂ ਦੇ ਬਜ਼ੁਰਗ ਮੈਨੂੰ ਮਿਲੇ ਮੂਹਰੇ ਬੈਠ ਕੇ ਗੱਲ ਕਰਨ ਵੀ ਗੱਲ ਕਰਨੀ ਆ ਕਿ ਤੁਸੀਂ ਕੌਣ ਆ ਕਿਉਂਕਿ ਤੁਸੀਂ ਸਾਨੂੰ ਲੱਗਦੇ ਆਈਸਿਸ ਵਰਗੇ ਲੱਗਦੇ ਆ ਤੁਹਾਡੀਆਂ ਦਾੜੀਆਂ ਤੇ ਪੱਗਾਂ ਤੇ ਜਿਹੜਾ ਮੇਰੇ ਨਾਲ ਸੀਗਾ ਮੁੰਡਾ ਜਿਹੜਾ ਉਹਨਾਂ ਦੀ ਬੋਲੀ ਬੋਲਦਾ ਉਹਨੇ ਫਿਰ ਸਮਝਾ ਉਹਨਾਂ ਦੀ ਬੋਲੀ ਦੇ ਵਿੱਚ ਅਸੀਂ ਕੌਣ ਆ ਫਿਰ ਅਸੀਂ ਇੱਕ ਗੱਲ ਦੱਸੀ ਉਹਨਾਂ ਨੂੰ ਕਿ ਦੇਖੋ ਇਰਾਕ ਦੇ ਵਿੱਚ ਸਾਡੇ ਗੁਰੂ ਨਾਨਕ ਦੇਵ ਸਾਹਿਬ ਵੀ ਆਏ ਸੀਗੇ ਤੇ ਅਸੀਂ ਉਹਨਾਂ ਦਾ ਸੰਦੇਸ਼ ਉਹਨਾਂ ਦਾ ਤੰਗਰ ਲੈ ਕੇ ਤੁਹਾਡੇ ਵੱਲ ਆਏ ਹਾਂ ਭਈ ਅਸੀਂ ਹਰ ਇਨਸਾਨੀਅਤ ਦਾ ਸਰਬੱਤਾ ਭਲਾ ਮੰਗਦੇ ਹਾਂ ਉਹ ਫਿਰ ਗੱਲ ਸੁਣ ਕੇ ਬੜੇ ਹੈਰਾਨ ਹੋ ਗਏ ਭਈ ਭਈ ਫਿਰ ਮੈਨੂੰ ਪੁੱਛਣ ਭਈ ਤੁਹਾਡੇ ਇੱਥੇ ਗੁਰੂ ਸਾਹਿਬ ਜਿਹਦਾ ਸਾਨੂੰ ਪ੍ਰੋਫਿਟ ਕਹਿੰਦੇ ਆ ਆਪਣੀ ਬੋਲੀ 'ਚ ਸਾਡੇ ਦੇਸ਼ 'ਚ ਆਏ ਸੀਗੇ ਹਾਂਜੀ ਅਸੀਂ ਜ਼ਰੂਰ ਆਏ ਸੀਗੇ 5-5.5 ਸਾਲ ਪਹਿਲਾਂ ਉਹ ਬੜੇ ਹੈਰਾਨ ਹੋ ਗਏ ਉਹ ਫਿਰ ਅੱਜ ਤੁਹਾਨੂੰ ਦੇਖੋ 2014 ਤੋਂ ਅੱਜ ਤੱਕ ਬਹੁਤ ਰਿਸਪੈਕਟ ਕਰਦੇ ਉੱਥੇ ਸਿੱਖਾਂ ਦੀ ਤੁਸੀਂ ਜਾ ਕੇ ਦੇਖਿਓ ਪੱਗਾਂ ਦਾੜੀਆਂ ਦੇਖ ਕੇ ਤੁਹਾਨੂੰ ਦੌੜੂਗੇ ਤੁਹਾਡੇ ਵੱਲ ਦੌੜੂਗੇ ਪਿਆਰ ਨਾਲ ਬਿਠਾਲੂਗੇ ਠੰਡਾ ਪਿਲਾਊਗੇ ਚਾਹ ਪਿਲਾਊਗੇ ਉਹ ਵੀ ਇਹ ਗੁਰੂ ਨਾਨਕ ਦੇਵ ਜੀ ਦੇਣੇ ਆ।